ਅਸਲਾਮੁਆਲੇਕ ਸਿਆਸੀ ਜਿਹਰਾ ਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਪਾ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਬੜੇ ਰੋਲੇ ਨੇ ਤੇ ਸਪੀਡਾਂ ਜਿਹੜੀਆਂ ਨੇ ਉਹ ਬੜੀਆਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਆਖਰੀ ਆਖਰੀ ਦਿਨ ਚੱਲਦੇ ਨੇ ਪਾ ਔਰ ਜੇਲ ਦੇ ਵਿੱਚ ਵੀ ਬੜੇ ਮਾਮਲਾਤ ਨੇ ਔਰ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਬੜੇ ਮਾਮਲਾਤ ਨੇ ਔਰ ਸ਼ੇਰ ਅਫਜ਼ਲ ਮਰਵਤ ਜਿਹੜਾ ਉਹਨੇ ਮਾਫੀ ਮੰਗ ਲਈ ਤੇ ਉਹ ਤੁਹਾਨੂੰ ਅਸੀਂ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਕਿ ਇੱਕ ਸੁਰਾਖ ਲੈ ਕੇ ਗਿਆ ਸੀ ਤੇ ਉਹਨਾਂ ਦੋ ਸੁਰਾਖ ਕਰ ਦਿੱਤੇ ਇਹ ਹੁਣ ਪਖਤੂਨ ਹਾ ਦੇ ਵਿੱਚ ਪਹਿਲਾ ਬੰਦਾ ਹੋਣਾ ਜਿਹਦੇ ਦੋ ਸੁਰਾਖ ਹੋਣੇ ਨੇ ਦੋ ਛੱਲੇ ਸਮਝਿਆ ਕਰੋ ਮਰਾਦ ਸਈਦ ਵਾਲਾ ਸਾਹਿਬ ਕਿ ਇਹ ਰਿਹਾਈ ਇਹਨੂੰ ਮਿਲ ਗਈ ਹੈ ਤੇ ਮੈਂ ਮੈਨੂੰ ਪੂਰਾ ਯਕੀਨ ਹੈ ਕਿ ਦੁਬਾਰਾ ਇਹਨੂੰ ਫਿਰ ਫੜ ਲਿਆ ਜਾਏਗਾ ਦਿਹਾੜੀ ਅੱਧੀ ਬਾਅਦ ਜਾਂ ਹਫਤੇ 10 ਦਿਨ ਬਾਅਦ ਕਿਉਂਕਿ ਇਹਨੇ ਬਾਸ ਆਣਾ ਨਹੀਂ ਤੇ ਅਸਾਂ ਵੀ ਬਾਅਦ ਫਿਰ ਜਿਹੜਾ ਨਾ ਨਹੀਂ ਆਣਾ ਤੇ ਫਿਰ ਅਸਾਂ ਚਾਰ ਸੁਰਾਖ ਜਿਹੜੇ ਨੇ ਉਹ ਕਰ ਦੇਣੇ ਨੇ ਹੁਣ ਤੇ ਦੋ ਕੀਤੇ ਨੇ ਤੇ ਫਿਰ ਅਸੀਂ ਚਾਰ ਸੁਰਾਖ ਜਿਹੜੇ ਨੇ ਨਾ ਉਹ ਕਰ ਦੇਣੇ ਤਾਂ ਕਿ ਨਿਸ਼ਾਨੀ ਰਵੇ ਨਿਸ਼ਾਨੀ ਜ਼ਰੂਰੀ ਹੈ ਕੀ ਖਿਆਲ ਹੈ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੇ ਸਾਹਮਣੇ ਆਇਆ ਵੱਡੀਆਂ ਖਬਰਾਂ ਨੇ ਤੇ ਵੱਡੇ ਤਹਿਲਕੇ ਬੱਲੇ ਦਾ ਨਿਸ਼ਾਨ ਖਤਰੇ ਚ ਤਿਵਾਰਦਤ ਫੜੀ ਗਈ ਇਹ ਕੀ ਮਾਮਲਾ ਇਹ ਦੱਸਨੇ ਨਾਲਾ ਪੀਰ ਹਾਜ਼ਰ ਹੋਵੇ ਪੀਰਨੀ ਔਰ ਨਿਆਜ਼ੀ ਦਾ ਜੇਲ ਟ੍ਰਾਇਲ ਇਹ ਨਾਲਾ ਪੀਰ ਕੌਣ ਨਾਲਾ ਪੀਰ ਹਾਜ਼ਰ ਹੋ ਪੀਰਨੀ ਔਰ ਨਿਆਜ਼ੀ ਦਾ ਜੇਲ੍ਹ ਟ੍ਰਾਇਲ ਰੈੱਡ ਲਾਈਨ ਤੋਂ ਆਨਲਾਈਨ ਦਾ ਸਫ਼ਰ ਨਿਆਜ਼ੀ ਵੜ ਗਿਆ ਜੇ ਇਹ ਕੀ ਸਾਰੇ ਮਾਮਲੇਤ ਨੇ ਇਹ ਮੈਂ ਤੁਹਾਡੇ ਗੋਸ਼ਟ گزار ਕਰਨਾ ਚਾਹਨਾ ਮਿਠਾ ਜੀ ਪਹਿਲੀ ਖਬਰ ਤੇ ਆਜੋ ਗੁਜ਼ਾਰਸ਼ ਹੈ ਇਹ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਅੱਗੇ ਵੀ ਟੋਰ ਲਿਆ ਕਰੋ ਸੰਗੀਆਂ ਸਾਥੀਆਂ ਅੱਗੇ ਡੇਰੇਆਂ ਢੱਪਿਆਂ ਤੇ ਠੇਲਿਆਂ ਤੇ ਹਰ ਪਾਸੇ ਜਿਹੜਾ ਨਾ ਇਹ ਤੁਸੀਂ ਫੜ ਫੜ ਕੇ ਲੋਕਾਂ ਕੋਲੋਂ ਇਹ ਸਿਸਟਮ ਜਿਹੜਾ ਨਾ ਇਹ ਕਰਵਾਇਆ ਕਰੋ ਤੇ ਅਗਾ ਵੀ ਇਹਨੂੰ ਟੋਰਿਆ ਕਰੋ ਬੱਲੇ ਦਾ ਨਿਸ਼ਾਨ ਖਤਰੇ 'ਚ ਤੇ ਵੱਡੀ ਵਾਰਦਾਤ ਫੜੀ ਗਈ ਇਹ ਹੁਣ ਬੱਲੇ ਦਾ ਨਿਸ਼ਾਨ ਜਿਹੜਾ ਇਹ ਇਹ ਵੀ ਖਤਰੇ 'ਚ ਤੇ ਦਾਲ ਅਗਰ ਤੁਸੀਂ ਲਾਓ ਨਾ ਬੇਦੀ ਥਾਂ ਤੇ ਤੇ ਉਹ ਵੀ ਨਿਸ਼ਾਨ ਜਿਹੜਾ ਉਹ ਵੀ ਖਤਰੇ 'ਚ ਹੈ ਜਿਹੜਾ ਅਡਿਆਲਾ ਜੇਲ੍ਹ ਦੇ ਵਿੱਚ ਬੱਲੇ ਨੂੰ ਵੀ ਖਤਰਾ ਤੇ ਉਹ ਦਾਲ ਵਾਲੇ ਨੂੰ ਵੀ ਖਤਰਾ ਹਾਲਾਤ ਜਿਹੜੇ ਨੇ ਉਹ ਬੜੇ ਅਗਾ ਨਿਕਲ ਜਾ ਚੁੱਕੇ ਨੇ ਔਰ ਅਸੀਂ ਵੀ ਗੇਮ ਜਿਹੜੀ ਹੈ ਉਹ ਪੂਰੀ ਚੁੱਕੀ ਹੈ ਠੀਕ ਹੋ ਗਿਆ ਇਹ ਹੁਣ ਜਨਾਬ ਵਾਰਦਾਤ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਉਹਨੇ ਫੜ ਲਈ ਇਹ ਬੱਲੇ ਵਾਲੇ ਨਿਸ਼ਾਨ ਦੀ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਹੁਕਮ ਦਿੱਤਾ ਕਿ ਤੁਹਾਡਾ ਇਲੈਕਸ਼ਨ ਨਹੀਂ ਹੋਇਆ ਇਹ ਪਾਰਟੀ ਦਾ ਪਿਛਲੇ ਡੇਢ ਦੋ ਸਾਲਾਂ ਤੋਂ ਤੁਸੀਂ ਐਵੇਂ ਹੀ ਮਤਲਬ ਹੈ ਲਗੇ ਫਿਰਦੇ ਹੋ ਬਗੈਰ ਕਿਸੇ ਇਲੈਕਸ਼ਨ ਤੋਂ ਬਗੈਰ ਕਿਸੇ ਪਾਰਟੀ ਤੋਂ ਬਗੈਰ ਕਿਸੇ ਗੱਲ ਤੋਂ ਬਾਤ ਤੋਂ ਇਲੈਕਸ਼ਨ ਆਉਂਦੇ ਨੇ ਪੈ ਤਾਂ ਆਪਣੇ ਇਲੈਕਸ਼ਨ ਕਰਾ ਲਓ ਤਾਂ ਕਿ ਇੱਥੇ ਲਿਆ ਕੇ ਤਫਸੀਲ ਜਮ੍ਹਾਂ ਕਰਾ ਦਿਓ ਤਾਂ ਕਿ ਤੁਹਾਡਾ ਹਸਾਬਤਾ ਵੀੜਾ ਨਾ ਉਹ ਸਾਡੇ ਕੋਲ ਆ ਜਾਏ ਇਹ ਜਿਹੜਾ ਉਹ ਅੱਜ ਕਰਾਨੇ ਆ ਕੱਲ ਕਰਾਨੇ ਆ ਉਹ ਖੈਰ ਉਹਨਾਂ ਨੇ ਕਰਾ ਦਿੱਤੇ ਇੱਕ ਖੇਤ ਦੇ ਵਿੱਚ ਕਮਾਦ ਵਾਲੇ ਕਿਲੇ ਦੇ ਨਾਲ ਕਿਲਾ ਵਾਹ ਕੇ ਸੁਹਾਗਾ ਫੇਰ ਕੇ ਉੱਤੇ 10 ਕੁਰਸੀਆਂ ਲਾ ਕੇ ਉੱਥੇ ਇਲੈਕਸ਼ਨ ਕਰਾਇਆ ਜਰਾ ਪਸਤੀ ਚੈੱਕ ਕਰ ਪਸਤੀ ਕਿੱਥੇ ਫੈਜ਼ ਉਮੀਦ ਦਾ ਪਾਕਿਸਤਾਨ ਦਾ ਬਨਾਰੇ ਪਾਕਿਸਤਾਨ ਦਾ ਜਲਸਾ 31 ਅਕਤੂਬਰ 2011 ਕਿੱਥੇ ਫੈਜ਼ ਉਮੀਦ ਦੇ ਮੁੰਡੇ 60 70 ਹਜ਼ਾਰ ਦੀ ਤਦਾਦ ਤੇ ਕਿੱਥੇ ਕਮਾਦ ਦੇ ਨਾਲ ਦੇ ਕਿਲੇ ਦੇ ਵਿੱਚ ਸੁਹਾਗਾ ਫੇਰ ਕੇ ਤੇ ਉੱਥੇ 10 ਕੁਰਸੀਆਂ ਲਾ ਕੇ ਉੱਥੇ ਇਲੈਕਸ਼ਨ ਇਹਨੂੰ ਤੁਸੀਂ ਕੀ ਕਹਿੰਦੇ ਆ ਸਾਬਰ ਸ਼ਾਕਰ ਰੀ ਔਰ ਇਹ ਜਿੰਨੇ ਵੀ ਨੇ ਯੂਟੀਏ ਇਹ ਕਹਿੰਦੇ ਨੇ ਕਿ ਖਾਨ ਦੀ ਪਪੂਲਾਰਟੀ 100 ਦੇ ਵਿੱਚੋਂ 99 ਫੀਸਾਦੇ ਪਾਕਿਸਤਾਨ ਵਿੱਚ ਕਿੱਥੇ ਫੈਜ਼ ਉਮੀਦ ਦਾ ਜਲਸਾ ਬਨਾਰੇ ਪਾਕਿਸਤਾਨ ਵਾਲਾ 70 80 ਹਜ਼ਾਰ ਬੰਦਾ ਤੇ ਕਿੱਥੇ 10 ਕੁਰਸੀਆਂ ਤੇ ਉਥੇ ਇਲੈਕਸ਼ਨ ਔਰ ਚਮਾ ਸੂਬਿਆਂ ਤੋਂ ਇੱਕ ਬੰਦਾ ਵੀ ਉਥੇ ਨਹੀਂ ਪਹੁੰਚਿਆ ਇਲੈਕਸ਼ਨ ਤੇ ਇਹ ਕੀ ਹੈ ਇਹ ਕੀ ਹੈ ਇੱਕੀ ਗੇਮ ਹੈ ਜਰਾ ਮੈਂ ਤੁਸੀ ਦੱਸਣਾ ਲਾਜ਼ਮੀ ਗੱਲ ਨੂੰ ਜਰਾ ਖੋਲ ਕੇ ਮਿੱਠਾ ਕਰਦਾ ਠੀਕ ਹੈ ਨਾ ਜੀ ਮਤਲਬ ਕਿਸ ਤਰ੍ਹਾਂ ਇਹ ਲੋਕਾਂ ਨੂੰ ਬੇਫਕੂਫ ਬਣਾਉਂਦੇ ਨੇ ਕਿ 90% ਪਪੂਲਰ ਖਾਨ ਸਾਹਿਬ ਜਿਹੜੇ ਨੇ ਬਾਕੀ ਕਮਾੜ ਵਾਲੇ ਕਿੱਲੇ ਦੇ ਨਾਲ ਕਿੱਲਾ ਵਾਹ ਕੇ ਉੱਥੇ ਸੁਹਾਗਾ ਫੇਰ ਕੇ ਉੱਥੇ ਉੱਥੇ ਇਲੈਕਸ਼ਨ ਕਦੀ ਕਿਸੇ ਇੰਜ ਵੀ ਕਰਾਇਆ ਉਹ ਯਾਰ ਤੁਸੀਂ 10000 ਰੁਪਇਆ ਦੇ ਕੇ ਕਿਸੇ ਹੋਟਲ ਦਾ ਹਾਲ ਨਹੀਂ ਸੀ ਬੁੱਕ ਕਰਾ ਸਕਦੇ ਉੱਥੇ ਚਲੋ ਚਾਰ ਕੁਰਸੀਆਂ ਲਾ ਕੇ ਉੱਥੇ ਬਹਿ ਕੇ ਇੱਜ਼ਤ ਨਾਲ ਤੁਸੀਂ ਨਹੀਂ ਸੀ ਕਰਾ ਸਕਦੇ ਮੋਟਰਵੇ ਦੇ ਨਾਲ ਪਸ਼ਾਵਰ ਮੋਟਰਵੇ ਦੇ ਨਾਲ ਕਮਾਦ ਵਾਲੇ ਕਿਲੇ ਦੇ ਨਾਲ ਸੁਹਾਗਾ ਫੇਰ ਕੇ ਇਲੈਕਸ਼ਨ ਕਰਾਇਆ ਉਹ ਇਹ ਦੁਨੀਆ ਦੀ ਤਾਰੀਖ ਵਿੱਚ ਕਦੀ ਹੋਇਆ ਕਿਦ ਕਦੀ ਇੰਜ ਹੋਇਆ ਜਿ ਜੋ ਤੁਸੀਂ ਕੀਤਾ ਇਲੈਕਸ਼ਨ ਕਮਿਸ਼ਨ ਨੇ ਇਹ ਵਾਰਦਾਤ ਜਿਹੜੀ ਨਾ ਇਹ ਫੜੀ ਫੜਨ ਤੋਂ ਬਾਅਦ ਇਹਨਾਂ ਨੂੰ ਕਿਹਾ ਉੱਥੇ ਆ ਗੋਹਰ ਖਾਨ ਸਾਹਿਬ ਜਿਹੜੇ ਇਲੈਕਸ਼ਨ ਆਪਣਾ ਚੇਅਰਮੈਨ ਨਵੇਂ ਬਣੇ ਨੇ ਉਹਨਾਂ ਦੀ ਹਾਜ਼ਰੀ ਥੀ ਤੁਸੀਂ ਜ਼ਰਾ ਫਰਾਡ ਚੈੱਕ ਕਰੋ ਹਰ ਵਕਤ ਧੋਖਾ ਫਰਾਡ ਗੁਨਾਹ ਝੂਠ ਜ਼ਲਾਲਤ ਪੂਰੇ ਪੂਰੇ 420 ਨੇ ਤੇ ਕੋਈ ਹਾਲ ਨਹੀਂ ਉਹ ਉੱਥੇ ਗੋਹਰਖਾਨ ਨੂੰ ਜਦੋਂ ਉਹਨਾਂ ਕਿਹਾ ਹਾਂ ਵੀ ਤੇਰਾ ਇਲੈਕਸ਼ਨ ਜਿਹੜਾ ਕਿਵੇਂ ਦਾ ਹੋਇਆ ਉਹ ਉੱਥੇ ਹੀ ਬਨ ਗਿਆ ਉਹਨੇ ਕਿਹਾ ਜੀ ਲੈ ਇਲੈਕਸ਼ਨ ਠੀਕ ਨਹੀਂ ਹੋਇਆ ਉਹਨੂੰ ਪਤਾ ਸੀ ਬਈ ਇਹਨਾਂ ਨੇ ਫੜ ਲੈਣਾ ਉਹ ਗੋਹਰਖਾਨ ਆਪੇ ਹੀ ਬਨ ਗਿਆ ਉਹਨਾਂ ਕਿਹਾ ਤੁਹਾਡੇ ਜਿਹੜੇ ਇਹ ਇਲੈਕਸ਼ਨ ਦਾ ਸਿਸਟਮ ਇੰਟਰਾਪਾਰਟੀ ਦਾ ਇਹਦੇ ਚ ਤੁਹਾਡੇ ਵੋਟਰ ਕਿੰਨੇ ਨੇ ਉਹਨੇ ਕਿਹਾ ਜੀ 8 ਲੱਖ ਵੋਟਰ ਸਾਡਾ ਰਜਿਸਟਰਡ 8 ਲੱਖ ਉਹਨੇ ਕਿਹਾ ਅੱਛਾ ਉਹਨੇ ਕਿਹਾ ਕਿੱਥੇ ਕਿੱਥੇ ਨੇ ਵੋਟਰ ਉਹਨੇ ਕਿਹਾ ਜੀ 6 ਲੱਖ ਜਿਹੜੇ ਨੇ ਉਹ ਤੇ ਬਰੂਨੇ ਮੁਲਕ ਰਹਿੰਦੇ ਨੇ ਜਰਾ ਤੁਸੀਂ ਅੰਦਾਜ਼ਾ ਲਾ ਲਓ ਇਲੈਕਸ਼ਨ ਕਮਿਸ਼ਨ ਨੇ ਪੁੱਛਿਆ ਤੁਹਾਡੇ ਵੋਟਰ ਕਿੰਨੇ ਨੇ ਜਿਨ੍ਹਾਂ ਨੇ ਵੋਟ ਕਿਨੂ ਪਾਇਆ ਜਾਂ ਜਿਨ੍ਹਾਂ ਨੇ ਪਾਣਾ ਸੀ ਉਹਨੇ ਕਿਹਾ ਜੀ 8 ਲੱਖ ਵੋਟਰ ਹੈ ਉਹਨੇ ਕਿਹਾ ਉਹ ਕਿੱਥੇ ਨੇ ਇਲੈਕਸ਼ਨ ਕਮਿਸ਼ਨ ਨੇ ਪੁੱਛਿਆ ਉਹ ਵੋਟਰ ਕਿੱਥੇ ਨੇ ਜਿਨ੍ਹਾਂ ਨੇ ਇਹ ਇੰਟਰਾਪਾਰਟੀ ਚ ਇਲੈਕਸ਼ਨ ਚ ਵੋਟ ਪਾਣਾ ਸੀ। ਕਿਹਾ ਉਹਨਾਂ ਨੂੰ ਨੋਟਿਸ ਕਰਲੇ। ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਉਹਨਾਂ ਨੂੰ ਤੂੰ ਨੋਟਿਸ ਨਹੀਂ ਕਰਲੇ ਤੇ ਫਿਰ ਤੂੰ ਇਹ ਇਲੈਕਸ਼ਨ ਕਾਦਾ ਬਣਾਣਾ ਪਿਆ। ਉਹਨਾਂ ਫਿਰ ਕਿਹਾ ਕਿ ਉਹ ਕਿੱਥੇ ਨੂੰ ਮੈਂ ਕਿਹਾ ਜੀ 6 ਲੱਖ ਤੇ ਬਾਹਰ। ਯੂਥੜੇ ਜਿਹੜਾ ਬਾਹਰ ਬੈਠਾ। 6 ਲੱਖ ਅੰਦਾਜ਼ਾ ਤੁਸੀਂ ਲਾ ਲਓ ਜ਼ਰਾ। ਤੇ 2 ਲੱਖ ਜਿਹੜਾ ਉਹ ਪਾਕਿਸਤਾਨ 'ਚ ਉਹਨਾਂ ਕਹੇ ਠੀਕ ਉਹਨਾਂ ਕਹੇ ਜਿਹੜੇ ਪਾਕਿਸਤਾਨ ਦੇ ਵਿੱਚ 2 ਲੱਖ ਇਹਨਾਂ ਨੂੰ ਨੋਟਿਸ ਕਰ ਲਿਆ ਕੋਈ ਈਮੇਲ ਘੱਲੀ ਹੋਵੇ ਕੋਈ ਟੈਕਸਟ ਮੈਸੇਜ ਘੱਲਿਆ ਹੋਵੇ ਇਸ 2 ਲੱਖ ਵੋਟਰ ਨੂੰ ਕੋਈ ਉਹਨਾਂ ਦੇ ਘਰ ਦੇ ਵਿੱਚ ਸੁਨਿਆ ਘੱਲਿਆ ਹੋਵੇ ਉਹ ਸਾਕ ਜਿੱ ਨਹੀਂ ਤੇ ਉਹਨਾਂ ਕਹੇ ਫਿਰ ਤੂੰ ਚੇਅਰਮੈਨ ਕਿਵੇਂ ਬਣ ਗਿਆ ਉਹਨਾਂ ਕਹਿਆ ਬਈ ਤੂੰ ਚੇਅਰਮੈਨ ਕਿਵੇਂ ਬਣ ਗਿਆ ਇਹ ਦੱਸ ਨਾ ਸਾਨੂੰ ਪਹਿਲਾਂ ਬਈ ਜਦੋਂ ਤੇਰੇ ਜਿਹੜੇ ਵੋਟਰ ਸੀ ਕਿਉਂਕਿ ਪਾਰਟੀਆਂ ਕੀ ਕਰਦੀਆਂ ਨੇ ਜਦੋਂ ਉਹਨਾਂ ਇਲੈਕਸ਼ਨ ਕਰਵਾਣੇ ਹੋਣ ਜਿਹੜੀ ਉਹਨਾਂ ਦੀ ਵਰਕਿੰਗ ਬਾਡੀ ਹੁੰਦੀ ਹੈ ਜਿਨ੍ਹਾਂ ਨੇ ਵੋਟ ਪਾਣਾ ਹੁੰਦਾ ਹੈ ਕੌਂਸਲਾਂ ਹੁੰਦੀਆਂ ਪੰਜਾਬ ਸਿੰਧ بلوچستان ਉਹਨਾਂ ਨੂੰ ਖਤ ਲਿਖਦੀਆਂ ਪਾਰਟੀਆਂ ਜਾਂ ਖਤ ਲਿਖਦੀਆਂ ਜਾਂ ਮੈਸੇਜ ਕਰਦੀਆਂ ਜਾਂ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਨਾ ਈਮੇਲ ਕਰਦੀਆਂ ਕਿ ਭਈ ਫਲਾਣੇ ਦਿਨ ਪੰਜਾਬ ਦਾ ਇਲੈਕਸ਼ਨ ਹੈ ਤੇ ਪੰਜਾਬ ਕੌਂਸਲ ਦੇ ਸਾਰੇ ਮੈਂਬਰ ਨੇ ਜਿਹੜੇ ਉਹ ਪਹੁੰਚ ਜਾਣ ਫਲਾਣੇ ਹਾਲ ਦੇ ਵਿੱਚ ਔਰ ਜਿਨ੍ਹਾਂ ਜਿਨਾਂ ਕੋ ਦਾਓ ਕਾਰਡ ਬਣਿਆ ਹੁੰਦਾ ਮੈਂਬਰ ਪੰਜਾਬ ਕਾਉਂਸਲ ਮੁਸਲਮਾਨ ਲੀਗ ਨੂਨ ਉਹ ਸਾਰੇ ਉੱਥੇ ਪਹੁੰਚ ਜਾਂਦੇ ਨੇ ਹਜ਼ਾਰਾਂ ਦੀ ਤਦਾਰਤ ਤੇ ਉਹ ਫਿਰ ਉੱਥੇ ਚੁੱਕਦੇ ਨੇ ਜੇ ਕਿਸੇ ਬਲਾ ਮਕਾਬਲਾ ਹੋਣਾ ਹੋਵੇ ਉਹ ਜੇ ਕਿਸੇ ਦੇ ਮੁਕਾਬਲਾ ਕਰਨਾ ਹੋਵੇ ਤੇ ਉਹ ਇੰਜ ਸਾਭ ਹੁੰਦਾ ਓਲੈਕਸ਼ਨ ਕਮਿਸ਼ਨ ਨੇ ਕਿਹਾ ਤੇਰੇ 8 ਲੱਖ ਵੋਟਰ ਨੇ ਜਿਨ੍ਹਾਂ ਨੇ ਇਹ ਇੰਟਰਾ ਪਾਰਟੀ ਚ ਵੋਟ ਪਾਣਾ ਸੀ ਤੇ ਤੂੰ ਇੱਕ ਬੰਦੇ ਨੂੰ ਵੀ ਨੋਟਿਸ ਨਹੀਂ ਕਰ ਲਿਆ ਤੇ ਲਿਹਾਜ਼ਾ ਇਹ ਤੂੰ ਸਰੀਹਨ ਕਾਨੂੰ ਆਪਣੇ ਹੀ ਕਾਨੂੰਨ ਦੇ ਖਿਲਾਫ ਅਰਜ਼ੀ ਕੀਤੀ ਹੈ ਆਪਣਾ ਜਿਹੜਾ ਤੇਰਾ ਤੇਰਾ ਤਰੀਕੇ ਇਨਸਾਫ ਦਾ ਇਲੈਕਸ਼ਨ ਦੇ ਕਾਨੂੰਨ ਨੇ ਉਹਦੀ ਤੂੰ ਖਿਲਾਫ ਵਰਜ਼ੀ ਕੀਤੀ ਤੇ ਇਹ ਫੈਸਲਾ ਜਿਹੜਾ ਇਹ ਇਲੈਕਸ਼ਨ ਕਮਿਸ਼ਨ ਨੇ ਮਹਫੂਜ਼ ਕਰ ਲਿਆ ਤੇ 19 ਤਰੀਕ ਨੂੰ ਇਹ ਹੋ ਸਕਦਾ ਇਹ ਫੈਸਲਾ ਸੁਨਾਇਆ ਜਾਏ ਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬੱਲੇ ਦਾ ਨਿਸ਼ਾਨ ਜਿਹੜਾ ਨਾ ਉਹ ਮੈਨੂੰ ਕਿਦਰੇ ਠਹਿਰ ਦਾ ਨਜ਼ਰ ਨਹੀਂ ਆਂਦਾ ਔਰ ਜੇ ਉਹ ਤਰਸ ਖਾ ਜਾਣ ਇਲੈਕਸ਼ਨ ਕਮਿਸ਼ਨ ਵਾਲੇ ਤੇ ਇਹ ਅਲੱਗ ਦਾ ਗੱਲ ਹੈ ਲੇਕਿਨ ਆਇਨ ਔਰ ਕਾਨੂੰਨ ਦੇ ਮੁਤਾਬਕ ਇਹ ਬੱਲੇ ਦਾ ਨਿਸ਼ਾਨ ਜਿਹੜਾ ਨਾ ਇਹ ਮੈਨੂੰ ਨਜ਼ਰ ਨਹੀਂ ਆਂਦਾ ਕਿ ਇਹ ਰਹਿ ਸਕੇ ਇਹਨਾਂ ਕੋਲ ਤੇ ਬਾਕੀ ਜਿਹੜਾ ਦਾਲ ਵਾਲਾ ਲਫ਼ਜ਼ ਹੈ ਉਹ ਅਡਿਆਲਾ ਜੇਲ੍ਹ ਦੇ ਵਿੱਚ ਠੀਕ ਹੋ ਗਿਆ ਨਾ ਜੀ ਅੱਛਾ ਜੀ ਅਗਲੀ ਖਬਰ ਤੇ ਆ ਜਾਓ ਨਾਲਾ ਪੀਰ ਹਾਜ਼ਰ ਹੋ ਪੀਰਨੀ ਔਰ ਨਿਆਜ਼ੀ ਦਾ ਜੇਲ੍ਹ ਟ੍ਰਾਇਲ ਇਹ ਉਹ ਨਾਲਾ ਪੀਰ ਕੌਣ ਹੈ ਇਹ ਹੁਣ ਤੁਹਾਨੂੰ ਅਸੀਂ ਦੱਸਨੇ ਆ ਵੱਡੀ ਖਬਰ ਹੈ ਤੇ ਵੱਡਾ ਤਲਕ ਹੈ ਇਹ ਹੁਣ ਜਨਾਬ ਇਹ ਇੱਦਤ ਦੇ ਵਿੱਚ ਸਿੱਦਤ ਵਾਲਾ ਜਿਹੜਾ ਕੇਸ ਹੈ ਨਾ ਉਹਦੇ ਵਿੱਚ ਮਜ਼ੀਦ ਗਰਮੀ ਜਿਹੜੀ ਹੈ ਨਾ ਉਹ ਪੈਦਾ ਹੋ ਚੁੱਕੀ ਹੈ। ਗਰਮੀ ਇਸ ਤੋਂ ਪੈਦਾ ਹੋ ਚੁੱਕੀ ਹੈ ਕਿ 3-4 ਦਿਨ ਪਹਿਲੇ ਜਦੋਂ ਪੀਰਨੀ ਨੂੰ ਇਹ ਫੈਸਲਾ ਸੁਣਾਇਆ ਗਿਆ ਮੈਂ ਤੁਹਾਡਾ ਹੁਣ ਠੋਕਾ ਠਕਾਈ ਦਾ ਹਿਸਾਬ ਜਿਹੜਾ ਇਹ ਲੈਣਾ ਔਰ ਤੁਹਾਡੇ ਕੋਲੋਂ ਜਿਰਾ ਹੋਣੀ ਹੈ ਔਰ ਜਿਰਾ ਦੇ ਵਿੱਚ ਉਹ ਸਾਰੇ ਸਵਾਲਾਤ ਪੁੱਛੇ ਜਾਣੇ ਨੇ। ਇੱਥੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਨਾਲਾ ਪੀਰ ਦਾ ਕੀ ਰੋਲ ਹੋਏਗਾ। ਨਾਲਾ ਪੀਰ ਮੈਂ ਕਿਉਂ ਕਹਿ ਰਿਹਾ ਜਿਵੇਂ ਉਹ ਇੱਕ ਪੀਰ ਹੈ ਪਾਕਿਸਤਾਨ ਦੇ ਵਿੱਚ ਉਹਦਾ ਨਾਂ ਹੈ ਨਾਲਾ ਪੀਰ ਉਹਦੇ ਕੋਲ ਜਿਹੜੀਆਂ ਵੀ ਮਾਈਆਂ ਜਾਂਦੀਆਂ ਨੇ ਆਪਣਾ ਕੁਰਆਣ ਆਪਣਾ ਸਾਫਤਾ ਫੂਕ ਮਰਵਾਣ ਉਹ ਜਿਹੜਾ ਨਾ ਉਹ ਕਹਿੰਦਾ ਹੁੰਦਾ ਕਿ ਮਾਈਏ ਨਾਲਾ ਖੋਲ ਉਹ ਫਿਰ ਜਿਹੜੀਆਂ ਨੂੰ ਜਿਹਨਾਂ ਨੂੰ ਸਮਝ ਨਹੀਂ ਆਂਦੀ ਉਹ ਆਂਦੀਆਂ ਨੇ ਕਿ ਕੀ ਮਤਲਬ ਜਿਹੜੀਆਂ ਕੋ ਠੀਕ ਹੁੰਦੀਆਂ ਉਹ ਕਹਿੰਦੇ ਕੀ ਮਤਲਬ ਪੀਰ ਸਾਹਿਬ ਉਹਨੇ ਕਹਿੰਦਾ ਨਹੀਂ ਆ ਤੇਰੇ ਪਿੱਛੇ ਕਿਲੀ ਤੇ ਨਾਲਾ ਟੰਗਿਆ ਇਹ ਖੋਲ ਕੇ ਦੇ ਤੇ ਜਿਹੜੀਆਂ ਚਾਲੂ ਹੁੰਦੀਆਂ ਨੇ ਉਹ ਫਿਰ ਆਪਣਾ ਨਾਲਾ ਖੋਲ ਦਿੰਦੀਆਂ ਨੇ ਠੀਕ ਹੋ ਗਿਆ ਨਾ ਇਹ ਨਾਲਾ ਪੀਰ ਬੜਾ ਮਸ਼ਹੂਰ ਪੀਰ ਉਹਦੀ ਬੜੀਆਂ ਵਰਦਾਤਾਂ ਨੇ ਇਹ ਹਣ ਜਨਾਬ ਪੀਰਨੀ ਦੇ ਉੱਤੇ ਵੀ ਇਹ ਨਾਲਾ ਪੀਰ ਵਾਲਾ ਸਾਹਿਬ ਜਿਹੜਾ ਇਹ ਲਗਣਾ ਉਹ ਕਿਵੇਂ ਲਗਣਾ ਇਹਨਾਂ ਦਾ ਜਿਹੜਾ ਟ੍ਰਾਇਲ ਹੈ ਨਾ ਉਹ ਜੇਲ੍ਹ ਦੇ ਵਿੱਚ ਮੁਤਕਿਲ ਕੀਤਾ ਜਾ ਰਿਹਾ ਔਰ ਜੱਜ ਕੁਦਰਤਉੱਲਾ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਪੀਰਨੀ ਔਰ ਨਿਆਜ਼ੀ ਦਾ ਜਿਹੜਾ ਹੈ ਠੋਕਾ ਠਕਾਈ ਵਾਲਾ ਕੇਸ ਇੱਦਤ ਦੇ ਵਿੱਚ ਸ਼ਿੱਦਤ ਵਾਲਾ ਜਿਹੜਾ ਕੇਸ ਹੈ ਇਹ ਜੇਲ੍ਹ ਦੇ ਵਿੱਚ ਚੱਲੇਗਾ ਕਿਉਂਕਿ ਨਿਆਜ਼ੀ ਆ ਨਹੀਂ ਸਕਦਾ ਤੇ ਇਹ ਇਕੱਲੀ ਪੀਰਨੀ ਦੇ ਨਾਲ ਅਸੀਂ ਕੀ ਕਰ ਸਕਦੇ ਆ ਤੇ ਇਸ ਵਾਸਤੇ ਜੇਲ੍ਹ ਦੇ ਵਿੱਚ ਇਹਦਾ ਟ੍ਰਾਇਲ ਹੋਏਗਾ ਤੇ ਜੇਲ੍ਹ ਦੇ ਵਿੱਚ ਹੀ ਇਹਦੇ ਤੋਂ ਇਹਨਾਂ ਤੋਂ ਜਿਰਾ ਹੋਏਗੀ ਹੁਣ ਜਿਹੜਾ ਉਹ ਨਾਲਾ ਪੀਰ ਵਾਲਾ ਹਿਸਾਬ ਹੈ ਉਹ ਕੀ ਹੈ ਵਾ ਇੰਜ ਪੀਰਨੀ ਜਿਹੜੀ ਹੈ ਇੱਕ ਟਹਿਰੇ ਦੇ ਵਿੱਚ ਖਲੋਤੀ ਇੱਕ ਸਾਈਡ ਤੇ ਐਸ ਸਾਈਡ ਤੇ ਉਹ ਖਲੋਤਾ ਹੈ ਇਹ ਨਿਆਜ਼ੀ ਪਹਿਲੇ ਪੀਰਨੀ ਕੋਲੋਂ ਪੁੱਛਿਆ ਜਾਏਗਾ ਕਿ ਹਾਂ ਵੀ ਪੀਰਨੀ ਐ ਤੂੰ ਸੁਣਾ ਨਾਲਾ ਪੀਰ ਦਾ ਹਿਸਾਬ ਤੱਬ ਕੀ ਹੈ ਉਹ ਫਿਰ ਪੀਰਨੀ ਪੁੱਛੇ ਕਿ ਕੀ ਤੁਸੀਂ ਕਹਿ ਰਹੇ ਹੋ ਜੱਜ ਸਾਹਿਬ ਨਾਲਾ ਪੀਰ ਤੋਂ ਕੀ ਮਰਾਦ ਹੈ ਉਹ ਫਿਰ ਪੁੱਛਣ ਦੇ ਜਿਹੜੇ ਵਕੀਲ ਨੇ ਉਹ ਸਵਾਲ ਪੁੱਛਣ ਦੇ ਕਿ ਸਭ ਤੋਂ ਪਹਿਲੀ ਵਾਰੀ ਤੁਸੀਂ ਨਾਲਾ ਕਦੋਂ ਖੋਲਿਆ ਮਤਲਬ ਕੀ ਕਿ ਤੈਨੂੰ ਇਹਦਾ ਫੋਨ ਨੰਬਰ ਕਿੱਥੋਂ ਮਿਲਿਆ ਤੇਰੀ ਇਹਦੀ ਮੁਲਾਕਾਤ ਪਹਿਲੇ ਕਦੋਂ ਕਿਸ ਦਿਨ ਹੋਈ ਪਾਂਡੇ ਨਾਲ ਤੂੰ ਇਹਨੂੰ ਕਿੱਥੇ ਵੇਖਿਆ ਤੇ ਤੇਰੇ ਹੋਸ਼ ਉੱਡ ਗਏ ਤੇਰਾ ਇਸ਼ਕ ਮਟੱਕਾ ਕਦੋਂ ਸ਼ੁਰੂ ਹੋਇਆ ਤੈਨੂੰ ਮਲਾਇਆ ਕਿੰਨੇ ਨਾਲਾ ਪੀਰ ਮਲਾਣ ਵਾਲੇ ਹੁੰਦੇ ਨਾ ਮੈਂ ਤੇਰਾ ਨਾਲਾ ਪੀਰ ਕੌਣ ਹੈ ਕਿੰਨੇ ਤੈਨੂੰ ਮਲਾਇਆ ਇਹਦੇ ਨਾਲ ਕਿਉਂਕਿ ਨਿਆਜ਼ੀ ਤੇ ਹਲਫਨਾਮਾ ਦਿੱਤਾ ਹੈ ਨਾ ਕਿ ਮੈਂ ਨਕਾਹ ਤੋਂ ਪਹਿਲੇ ਇਹਨੂੰ ਇੱਕ ਵਾਰੀ ਵੀ ਨਹੀਂ ਮਿਲਿਆ ਤੇ ਨਾ ਵੇਖਿਆ ਔਰ ਉਹਦੇ ਪ੍ਰਖੱਚੇ ਜਿਹੜੇ ਨੇ ਉਹ ਲਤੀਫ ਨੇ ਉਡਾ ਦਿੱਤੇ ਨੇ ਕਿ ਮੈਂ ਦਰਜਨ ਵਾਰੀ ਤੇ ਮੈਂ ਇਹਨੂੰ ਉੱਥੋਂ ਫੜਿਆ ਔਰ ਉੱਥੋਂ ਵਾਲਾਂ ਤੋਂ ਖਿੱਚ ਕੇ ਵਿਗ ਤੋਂ ਮੈਂ ਇਹਨੂੰ ਲਾਇਆ ਇਹ ਜੁੜਿਆ ਹੁੰਦਾ ਸੀ ਮਸ਼ੀਨ ਦੇ ਵਿੱਚ ਗੰਨਾ ਪਾ ਕੇ ਤੇ ਇਹਨੇ ਝੂਠਾ ਹਲਫਨਾਮਾ ਵੀ ਜਮਾ ਕਰਾਇਆ ਇਹਦੇ ਤੇ ਅਲੱਗ ਸਜ਼ਾ ਹੋਣੀ ਉਹ ਫਿਰ ਜਦੋਂ ਵਕੀਲ ਜਿਰਾ ਕਰਨ ਦੇ ਪੀਰਨੀ ਤੇ ਇੰਜ ਨਿਆਜ਼ੀ ਖਲੋਤਾ ਹੋਏਗਾ ਤੇ ਉਹਨੂੰ ਪੁੱਛਣ ਦੇ ਹਾਂ ਵੀ ਪਹਿਲੀ ਦਫਾ ਕਿੱਥੇ ਮਿਲੀ ਫੋਨ ਨੰਬਰ ਕਿਵੇਂ ਲਿਆ ਮੁਲਾਕਾਤ ਪਹਿਲੇ ਕਿੱਥੀ ਹੋਈ ਜਵਾਰੇ ਚ ਹੋਈ ਬਾਜਰੇ ਚ ਹੋਈ ਮਕਈ ਦੇ ਖੇਤ ਚ ਹੋਈ ਸਾਗ ਸਰਸੋਂ ਦੇ ਸਾਗ ਦੇ ਖੇਤ ਚ ਹੋਈ ਕਿਸੇ ਚਰਨੇ ਚ ਹੋਈ ਪਹਾੜੀ ਤੇ ਹੋਈ ਤਿਆਖਾਨੇ ਚ ਹੋਈ ਕਿੱਥੇ ਹੋਈ ਪਹਿਲੀ ਮੁਲਾਕਾਤ ਆਖਰ ਤੁਸੀਂ ਵਿਆਹ ਕੀਤਾ ਤੇ ਕਿੱਥੇ ਮੁਲਾਕਾਤ ਹੋਈ ਰਿਸ਼ਤਾ ਕਿਦਨੇ ਕਰਵਾਇਆ ਔਰ ਇਸਤਰੀ ਮਹੀ ਕਿਹੜੀ ਹੈ ਮਤਲਬ ਲਾਲਾ ਪੀਰ ਕਿਹੜਾ ਰਿਸ਼ਤੇ ਵਾਲਾ ਇਹ ਸਵਾਲਾਤ ਉਹਦੇ ਕੋਲ ਹੋਣ ਫਿਰ ਪੁੱਛਿਆ ਜਾਏਗਾ ਵੀ ਤੁਸੀਂ ਤੁਹਾਡੇ ਤੇ ਇਹ ਇਲਜ਼ਾਮ ਰਤੀਫ ਨੇ ਤੁਹਾਨੂੰ ਉਤੋਂ ਦੋ ਦਰਜਨ ਵਾਰੀ ਫੜਿਆ ਉਹ ਤੁਸੀਂ ਕੀ ਪੇ ਕਰਦੇ ਸੋ ਇਹ ਸਾਰੇ ਸਵਾਲات ਮਾਈਕਲ ਹੋਣ ਮਾਈ ਜਿਹੜੀ ਹਸਪਤਾਲ ਦੇ ਵਿੱਚ ਜਾ ਡਿੱਗੀ ਹਸਪਤਾਲ ਪਈ ਐ ਇਸ ਵਕਤ ਕਿਉਂਕਿ ਪਤਾ ਹੈ ਕਿ ਗ੍ਰਿਫਤਾਰੀ ਹੋ ਜਾਣੀ ਉਸ ਤੋਂ ਬਾਅਦ ਫਿਰ ਇੱਧਰ ਆਇਆ ਗਿਆ ਕਹਾਂ ਸਾਹਿਬਾ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਹਾਂ ਜੀ ਨਾਲਾ ਪੀਰ ਸਾਹਿਬ ਜਰਾ ਸੁਣਾਓ ਪਹਿਲੇ ਦਿਨ ਕਿੱਥੇ ਨਾਲਾ ਖੋਲਿਆ ਮੁਲਾਕਾਤ ਕਿੰਨੇ ਕਰਾਈ ਉਹ ਨਾਲਾ ਪੀਰ ਕੌਣ ਜਿਨੇ ਨੰਬਰ ਦਿੱਤਾ ਰਾਬਤਾ ਕਿਵੇਂ ਹੋਇਆ ਮੁਲਾਕਾਤ ਕਿੱਥੇ ਹੋਈ ਠੋਕੜ ਖਾਈ ਪਹਿਲੀ ਕਿੱਥੇ ਕੀਤੀ ਬੋਸੋਗਨਾਰ ਕਿੱਥੇ ਸ਼ੁਰੂ ਹੋਇਆ ਇਹ ਸਾਰੀਆਂ ਗੱਲਾਂ ਫਿਰ ਵਕੀਲ ਪੁੱਛਣਗੇ ਤੇ ਇਹ ਜੱਜ ਕੁਦਰਤੁੱਲਾ ਸਾਹਿਬ ਨੇ ਇਹ ਠੋਕੜ ਖਾਈ ਕੇਸ ਜਿਹੜਾ ਇਹ ਵੀ ਜੇਲ੍ਹ ਦੇ ਵਿੱਚ ਲਾਉਣ ਦਾ ਆਰਡਰ ਕਰ ਦਿੱਤਾ ਤੇ ਇਹਦੇ ਵਿੱਚ ਜੋ ਸਾਡੇ ਕੋਲ ਨਜ਼ਰ ਆ ਰਿਹਾ ਹੈ ਕਿ 5 ਸਾਲ ਦੀ ਸਜ਼ਾ ਔਰ ਨਾਲ ਵੱਟੇ ਰੋੜੇ ਛਮਕਾ ਛਮਕਾ ਛਾਂਟੇ ਇਹ ਜਿਹੜੇ ਨੇ ਇਹ ਪਹਿਣੇ ਨੇ ਤੇ ਇਹ ਨਾਲਾ ਪੀਰ ਹਾਜ਼ਰ ਹੋ ਤੇ ਨਾਲਾ ਪੀਰ ਹੁਣ ਸਾਰਾ ਕੁਝ ਜਿਹੜਾ ਹੈ ਨਾ ਉਹ ਕੱਢ ਕੇ ਦੱਸੇਗਾ ਕਿ ਪਹਿਲੀ ਵਾਰੀ ਨਾਲਾ ਕਿੱਥੇ ਖੁੱਲਿਆ ਅੱਛਾ ਜੀ ਅੱਗੇ ਆ ਜਾਓ ਰੈੱਡ ਲਾਈਨ ਤੋਂ ਆਨਲਾਈਨ ਦਾ ਸਫ਼ਰ ਨਿਆਜ਼ੀ ਵੜ ਗਿਆ ਯਾਦ ਕਰੋ ਉਹ ਦਿਨ ਜ਼ਮਾਨਪਾਰਕ ਦਾ ਦਾ ਡੇਰਾ ਹੁੰਦਾ ਸੀ ਮੁਰਸ਼ਦ ਚੌਕ ਮਾਰਚ ਅਪ੍ਰੈਲ ਦੇ ਮਹੀਨੇ ਸੀ ਔਰ ਉਥੇ ਐਨ ਜਨਾਬ ਪੂਰਾ ਮਜਮਾ ਲੱਗਾ ਹੁੰਦਾ ਸੀ 4 5 6000 ਬੰਦਾ ਉਸ ਛੋਟੀ ਜੀ ਜਗ੍ਹਾ ਦੇ ਵਿੱਚ ਐਨ ਮਜਮੇ ਔਰ ਫੌਜ ਦੇ ਖਿਲਾਫ ਨਾਰੇ ਪਾਕਿਸਤਾਨ ਦੇ ਖਿਲਾਫ ਨਾਰੇ ਪੁਲਿਸ ਦੀਆਂ ਗੱਡੀਆਂ ਸਾੜ ਰਹੇ ਨੇ ਮਤਲਬ ਐਨ ਪੂਰੀ ਬਦਮਾਸ਼ੀ ਜਿਹੜੀ ਹੈ ਉਹ ਚੁੱਕੀ ਸੀ ਔਰ ਨਾ ਕੋਈ ਆ ਸਕਦਾ ਹੈ ਨਾ ਕੋਈ ਜਾ ਸਕਦਾ ਇੱਥੇ ਜਨਾਬ ਰੇਂਜਰ ਵਾਲਿਆਂ ਨੂੰ ਧਮਕੀਆਂ ਕਿ ਫੜ ਕੇ ਵਹਾਓ ਪੁਲਿਸ ਵਾਲਿਆਂ ਨੂੰ ਧਮਕੀਆਂ ਆਓ ਇੱਧਰ ਛਾਪਾ ਮਾਰ ਕੇ ਵਹਾਓ ਇਹ ਸਾਡੀ ਰੈੱਡ ਲਾਈਨ ਹੈ ਇਹ ਖਾਨ ਸਾਡੀ ਰੈਡ ਲਾਈਨ ਹੈ ਹਰ 2 ਘੰਟੇ ਬਾਅਦ ਟਵੀਟ ਆਣੀ ਕਿ ਪੁਲਿਸ ਪੈ ਰਹੀ ਹੈ ਤੇ ਖਾਨ ਸਾਡੀ ਰੈਡ ਲਾਈਨ ਹੈ ਜ਼ਮਾਨ پارک ਪਹੁੰਚੋ ਇਹ ਸਾਰੀਆਂ ਗੱਲਾਂ ਤੁਸੀਂ ਮਾਰਚ ਅਪ੍ਰੈਲ ਫਰਵਰੀ ਦੀਆਂ ਮੈਂ ਤੁਹਾਨੂੰ ਦੱਸਣਾ ਪਿਆ ਤੇ ਇਹ ਰੈਡ ਲਾਈਨ ਤੋਂ ਆਨਲਾਈਨ ਦਾ ਸਫ਼ਰ ਜਿਹੜਾ ਹੈ ਇਹ ਕਿਸ ਤਰ੍ਹਾਂ ਆਇਆ ਇਹ ਮਤਲਬ ਹੈ ਤੁਸੀਂ ਅੰਦਾਜ਼ਾ ਲਾਓ ਨਾ ਭਾਈ ਕਿੱਥੇ ਇਹਨਾਂ ਦਾ ਪਾਰਾ ਚੜ ਚੁੱਕੇ ਆ ਸੀ ਪਾਕਿਸਤਾਨ ਆਪਣੀ ਧਰਤੀ ਦੇ ਖਿਲਾਫ ਔਰ ਅੱਜ ਇੱਕ ਬੰਦਾ ਨਹੀਂ ਜਿਹੜਾ ਪਾਕਿਸਤਾਨ ਦੇ ਵਿੱਚ ਖਲੋ ਕੇ ਕਹੇ ਕਿ ਮੈਂ ਇੱਥੇ ਜਲਸਾ ਕਰਨਾ ਹੈ ਖਾਨ ਸਾਹਿਬ ਦਾ ਇੱਥੇ ਮੈਂ ਕਨਵੈਨਸ਼ਨ ਕਰਨਾ ਹੈ ਖਾਨ ਸਾਹਿਬ ਦਾ ਇੱਥੇ ਮੈਂ ਜਲਸਾ ਕਰਨਾ ਹੈ ਲਾਹੌਰ ਸ਼ਹਿਰ ਦੇ ਵਿੱਚ ਜਾਂ ਗੁਜਰਾ ਆਲਾ ਦੇ ਵਿੱਚ ਜਾਂ ਸਿਆਲਕੋਟ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਠੀਕ ਹੋ ਗਿਆ ਹੁਣ ਇਹ ਰੈੱਡ ਲਾਈਨ ਤੋਂ ਜਿਹੜਾ ਇਹ ਸਫ਼ਰ ਹੈ ਇਹ ਆਨਲਾਈਨ ਤੇ ਸਫ਼ਰ ਪਹੁੰਚ ਚੁੱਕਿਆ ਔਰ ਇਹ ਆਨਲਾਈਨ ਸਫ਼ਰ ਪਹੁੰਚਾਨ ਆਲਾ ਵੀ ਇਹ ਇਮਰਾਨ ਖਾਨ ਔਰ ਇਹਦੇ ਜਿਹੜੇ ਉਹ ਹਵਾਰੀ ਸੀ ਜਿਹੜੇ ਇਹਨੂੰ ਪੈਸਾ ਦਿੰਦੇ ਸੀ ਜਿਹੜੇ ਇਹਨੂੰ ਤਿਆਰ ਕੀਤਾ ਸੀ ਜਿਨਾਂ پاکستان ਦੇ ਖਿਲਾਫ ਇਸ ਮਿੱਟੀ ਦੇ ਖਿਲਾਫ ਇਸ ਧਰਤੀ ਦੇ ਖਿਲਾਫ ਉਹ ਉਹ ਜਿਹੜੇ ਜਿਨ੍ਹਾਂ ਨੇ ਇਹ ਇਹ ਪਾਲਿਆ ਪੋਸਿਆ ਔਰ ਇਹਨਾਂ ਇੱਕ ਗੰਦਾ طبਕਾ ਪਾਕਿਸਤਾਨ ਦੇ ਵਿੱਚ ਇਹਨੇ ਪੈਸੇ ਲੈ ਕੇ ਪੈਦਾ ਕੀਤਾ ਔਰ ਇਹ ਜਿਨ੍ਹਾਂ ਦੀ ਇਹ ਰੈਡ ਲਾਈਨ ਸੀ ਉਹਨਾਂ ਦੀ ਰੈਡ ਲਾਈਨ ਵੀ ਜਿਹੜੀ ਹੈ ਉਹ ਪਾੜ ਗਈ ਤੇ ਇਹ ਹੁਣ ਆਨਲਾਈਨ ਜਿਹੜਾ ਇਹ ਆਨਲਾਈਨ ਵੀ ਪਾੜ ਦਿੱਤੀ ਗਈ ਹੈ ਤੇ ਨਿਆਜ਼ੀ ਜਿਹੜਾ ਉਹ ਹਮੇਸ਼ਾ ਵਸਤੇ ਵੜ ਗਿਆ ਤੇ ਸਾਡੀ ਨਜ਼ਰ ਦੇ ਮੁਤਾਬਕ ਪਾਕਿਸਤਾਨ ਔਰ ਇਮਰਾਨ ਖਾਨ ਇਕੱਠੇ ਨਹੀਂ ਚੱਲ ਸਕਦੇ ਜਿੰਨੀ ਹੋਸ ਜਿੰਨੀ ਜਲਦੀ ਹੋ ਸਕਦਾ ਇਹ ਇਹਦਾ ਮੱਕੂ ਜਿਹੜਾ ਉਹ ਠੱਪਿਆ ਜਾਣਾ ਚਾਹੀਦਾ ਕਿਉਂਕਿ ਰਿਆਸਤ ਮਜ਼ੀਦ ਇਹ ਫਿਤਨਾ ਬਰਦਾਸ਼ਤ ਨਹੀਂ ਕਰ ਸਕਦੀ ਬਹੁਤ ਸ਼ੁਕਰੀਆ